ਇਹ ਤਾਂ ਖਰਗੋਸ਼ ਮਾ ਫੜ ਲਿਆ ਬਲਕੇ ਕਬੂਤਰ ਨੂੰ ਹੱਥ ਅੱਖਾਂ ਬੀਜ ਲੀਆਂ ਬਾਈ ਧਾਰੀਆਂ ਦੇ ਗਏ ਤੈਨੂੰ ਨਹੀਂ ਯਾਰ ਬਾਬਾ ਬਰੋਸ ਭੱਲਾ ਕਹਿੰਦਾ ਵੀ ਬਾਹਰ ਹੋ ਜਾਓ ਕਿਲ੍ਹਾ ਛੱਡ ਕੇ ਜਦ ਕਿ ਉਹਨਾਂ ਬਾਹਰ ਹੋਇਆ ਉਹਨਾਂ ਨੂੰ ਕਹਿੰਦਾ ਨਹੀਂ ਕਿਲ੍ਹਾ ਨਹੀਂ ਛੱਡਣਾ ਜਿਹੜੇ ਬਿਮਾਰ ਨੇ ਇਹ ਹੈ ਉਹ ਹੈ ਇਹ ਮਰ ਜਾਣਗੇ ਇਹਨਾਂ ਨੂੰ ਮਾਰ ਦੇ ਫਿਰ ਕੀ ਗੱਲ ਆ ਫਿਰ ਬਿਮਾਰ ਬਚਾ ਲਏ ਇਹਨੇ ਅਸਲ ਚਾਲ ਕੀ ਸੀ ਕੀ ਗੱਲ ਕੀ ਸੀ ਵਿੱਚ ਖਿਚੜੀ ਕੀ ਪੱਕ ਰਹੀ ਸੀ ਵਿੱਚ ਇੱਕ ਪਾਸੇ ਮਾਤਾ ਸੀ ਇੱਕ ਪਾਸੇ ਬਾਈਧਾਰੀਆਂ ਸੀ ਬਾਈਧਾਰੀਆਂ ਨਾਲ ਖੜਾ ਸੀ ਬਾਬਾ ਬਰੋਸ ਭੱਲਾ ਮਾਤਾ ਨਾਲ ਖੜਾ ਸੀ ਖਾਲਸਾ ਤਤ ਖਾਲਸਾ ਜੋ ਕਮਿਟਮੈਂਟ ਤੋਂ ਸੰਭਾਸ਼ਾ ਦੀ ਕੀਤੀ ਤੇ ਕਾਇਮ ਰਿਹਾ ਇਹ ਕਮਿਟਮੈਂਟ ਤੋਂ ਹਿੱਲ ਗਿਆ ਬਾਈਧਾਰੀਆਂ ਨੇ ਉਮਰ ਲਾਤੀ ਖਾਲਸੇ ਨੂੰ ਬਦਨਾਮ ਕਰਨ ਵਾਸਤੇ ਬਦਨਾਮ ਕਰੇ ਬਿਨਾਂ ਖਾਲਸਾ ਖਤਮ ਨਹੀਂ ਸੀ ਹੁੰਦਾ ਇਹ ਬਹੁਤ ਡੂੰਘੀ ਗੱਲ ਹੈ ਖਤਮ ਨਹੀਂ ਸੀ ਹੁੰਦਾ ਖਤਮ ਕਰਨਾ ਸੀ ਇਹ ਖਾਲਸਾ ਰਿਹਾ ਮਾਤਾ ਦੇ ਨਾਲ ਮਾਤਾ ਨੂੰ ਸਾਰੀ ਗੱਲ ਦੀ ਸਮਝ ਸੀ ਖਾਲਸੇ ਨੂੰ ਵੀ ਸਮਝ ਬਾਬਾ ਮਨੋਜ ਸਿੰਘ ਭੱਲਾ ਦਾ ਨਾਲ ਸੀ ਦਸਮ ਪਾਤਸ਼ਾਹ ਦੇ ਆਇਆ ਮਾਤਾ ਤਾਂ ਸੁੰਦਰੀ ਨਾਲੇ ਨਹੀਂ ਸੀ ਮਾਤਾ ਸੁੰਦਰੀ ਨੂੰ ਪਤਾ ਨਹੀਂ ਜਿੰਨਾ ਬਾਬਾ ਮਨੋਜ ਸਿੰਘ ਭੱਲੇ ਨੂੰ ਪਤਾ ਸੀ ਗੱਲ ਦਾ ਉਹ ਨਾਲ ਉਹ ਆਇਆ ਉੱਥੋਂ ਹਜ਼ੂਰ ਸਾਹਿਬ ਤੋਂ ਮਾਤਾ ਸੁੰਦਰੀ ਇੱਥੇ ਰਹੀ ਹੈ ਪੰਜਾਬ 'ਚ ਜਾਂ ਦਿੱਲੀ ਸਾਰੀ ਗੱਲ ਬਾਬਾ ਮਨੋਜ ਸਿੰਘ ਭੱਲੇ ਨੂੰ ਪਤਾ ਸੀ ਉਹਨੂੰ ਕਿਹਾ ਸੀ ਬੰਦੇ ਨੂੰ ਵੀ ਇਹ ਨਾ ਪੰਜਾਂ ਸਿੰਘਾਂ ਦੇ ਅੰਡਰ ਚੱਲਣਾ ਤਾਂ ਥੱਲੇ ਕਿਉਂਕਿ ਦਸਮ ਪਾਤਸ਼ਾਹ ਆਪ ਪੰਜਾਂ ਦੇ ਥੱਲੇ ਚੱਲਦੇ ਸੀ ਆਹ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਗੜੀ ਤੇ ਚਮਕੌਰ ਦੀ ਚਮਕੌਰ ਦੀ ਗੜੀ ਛੱਡੀ ਵੀ ਇਹ ਮੇਤੇ ਵੀ ਉੱਥੇ ਨੇ ਇਹਨਾਂ ਦੇ ਕਹਿਣੇ ਚੱਲ ਉਹ ਬਾਕੀ ਹੋ ਗਿਆ ਇੱਥੇ ਆ ਕੇ ਸੋ ਬਾਕੀ ਹੋ ਗਿਆ ਇਸ ਗੱਲ ਤੇ ਬਾਕੀ ਹੋ ਗਿਆ ਫਿਰ ਹਜ਼ਰ ਕੀ ਹੋਇਆ ਉਹ ਬਾਕੀ ਹੋਏ ਦੀ ਸਜ਼ਾ ਖਾਲਸੇ ਨੇ ਉਹਨੂੰ ਬਾਈਕਆਊਟ ਕੀਤਾ ਹੋਇਆ ਬਾਕੀ ਦੀ ਗੁਰੂ ਤੋਂ ਬਾਕੀ ਆ ਉਹ ਤਾਂ ਨੀ ਉਹਨੂੰ ਸਾਥ ਦਿੱਤਾ ਇੱਥੇ ਹੀ ਕਦੇ ਕਿਸੇ ਨੇ ਦਿਨ ਨਹੀਂ ਬਣਾਇਆ ਕਿਸੇ ਦਾ ਅੱਜ ਉਹਨੂੰ ਥਾਂ ਨਹੀਂ ਇਹ ਥਾਂ ਨਹੀਂ ਦੇ ਸਕਦੇ ਇਹਨਾਂ ਦੇ ਕਹਿੰਦੇ ਥਾਂ ਨਹੀਂ ਕਿਸੇ ਨੇ ਦੇਣਾ ਹਾਂ ਇਹਨਾਂ ਨੂੰ ਕੱਢ ਦਾਂਗੇ ਇਹ ਧੀਰ ਵੱਲੀਏ ਵੱਖ ਹੋ ਜਾਣਗੇ ਖਾਲਸੇ ਤੋਂ ਜਿਵੇਂ ਪਾਣੀ ਦੇ ਬੂਰ ਆ ਜਾਂਦਾ ਨਾ ਇਹ ਤਾਂ ਪਾਣੀ ਦੇ ਬੂਰ ਆ ਗਿਆ ਬੂਰ ਆਉਂਦਾ ਨਾ ਇਹ ਸਾਰੇ ਪਾਣੀ ਦੇ ਬੂਰ ਨੇ ਹੁਣ ਜਿਹੜੇ ਸਾਰੇ ਬੰਦੇ ਬਾਦਲਾਂ ਨੂੰ ਬਣਾਉਂਦੇ ਫਿਰਦੇ ਨੇ ਨਾ ਪਾਣੀ ਦੇ ਬੂਰ ਲੋਹ ਬਿਨਾ ਹੈ ਮਾਨਸਾ ਜਿਉ ਪਾਣੀ ਤੇ ਬੂਰ ਪਾਣੀ ਤੇ ਬੂਰ ਹੈ ਹੁਣ ਇਹ ਦੀਂਦਾ ਵੀ ਬੂਰ ਹੈ ਬੂਰ ਹੈ ਉੱਤੇ ਥੱਲੇ ਪਾਣੀ ਹੈ ਥੱਲੇ ਦਾ ਪਾਣੀ ਵੀ ਬੂਰ ਖਰਾਬ ਕਰ ਦਿੰਦਾ ਹੁੰਦਾ ਜਾਂ ਬੂਰ ਆਉਂਦਾ ਪਾਣੀ ਦੀ ਸਮੈਲ ਬਦਲ ਜਾਂਦੀ ਹੈ ਥੱਲੇ ਵਾਲੇ ਦੀ ਸਿੱਖੀ ਦੀ ਸਮੈਲ ਵੀ ਬਦਲੀ ਹੋਈ ਹੈ ਤਾਂ ਹੀ ਹੁਣ ਝੋਲੇ ਦੇ ਹੋਣਗੇ ਝੋਲੇ ਦੇ ਹੋਣਾ ਨੇ ਛੱਲਾਂ ਪੈਣੀਆਂ ਨੇ ਪਾਣੀ ਦੀਆਂ ਬੂਰ ਖਤਮ ਹੋ ਜਾਣਾ ਪਾਣੀ ਦੀ ਸਮੈਲ ਠੀਕ ਹੋ ਜਾਣੀ ਆ ਪਾਣੀ ਦੇ ਇਹ ਝੋਲੇ ਹੀ ਦੇ ਰਹੀ ਹੈ ਗੁਰਮਤ ਪਲਟੇ ਦੇ ਰਹੀ ਹੈ ਪਾਣੀ ਨੂੰ ਇਹ ਖਲਬਲੀ ਮਚਾ ਦੇਣੀ ਇਹਨੇ ਪਾਣੀ ਦੇ ਵਿੱਚ ਗੁਰਮਤਿ ਦੀ ਵਿਆਖਿਆ ਨੇ ਖਲਬਲੀ ਮਚਾ ਦੇਣੀ ਹੈ ਸਿੱਖਾਂ 'ਚ ਬੂਰ ਖਤਮ ਹੋ ਜਾਣਾ ਬੂਰ ਦਿਖਣਾ ਹੀ ਨਹੀਂ ਕਿਤੇ ਡੁੱਬ ਜਾਣਾ ਬੂਰ ਨੇ ਵਿੱਚ ਇਹਦੇ ਜੇ ਲਹਿਰਾਂ ਉੱਠਣ ਨਾ ਬੜੀ ਹਵਾ ਚੱਲੇ ਤੇਜ਼ ਬੂਰ ਖਤਮ ਹੋ ਜਾਂਦਾ ਜਿਹੜਾ ਪਾਣੀ ਵਗਦਾ ਜ਼ਬੂਰ ਨਹੀਂ ਪੈਦਾ ਹੁੰਦਾ ਖੜੇ ਪਾਣੀ ਜ਼ਬੂਰ ਪੈਦਾ ਹੁੰਦਾ ਬੂਰ ਕਦ ਪੈਦਾ ਹੁੰਦਾ ਜੇ ਪਾਣੀ ਰੁਕਿਆ ਹੋਇਆ ਹੋਵੇ ਇਹ ਖੜੀ ਹੈ ਸਿੱਖੀ ਦਾ ਗਿਆਨ ਖੜਾ ਬੂਰ ਤਾਂ ਪੈਦਾ ਹੋ ਗਿਆ ਜਾਂ ਇਹਨੂੰ ਚਲਾ ਦੇਣਾ ਅੱਗੇ ਬੂਰ ਖਤਮ ਸਿੱਖੀ ਨੇ ਜਦੋਂ ਗਤੀਸ਼ੀਲ ਹੋ ਜਾਣਾ ਬੂਰ ਆਪੇ ਮਿਟ ਜਾਣਾ ਦਰਿਆਵਾਂ 'ਚ ਕਦੇ ਬੂਰ ਨਹੀਂ ਪੈਦਾ ਹੁੰਦਾ ਸਮੁੰਦਰ 'ਚ ਕਦੇ ਬੂਰ ਨਹੀਂ ਪੈਦਾ ਹੁੰਦਾ ਝੋਲਾ ਪੈਂਦੀਆਂ ਨੇ ਨਾ ਹਵਾ ਚੱਲਦੀ ਹੈ ਹਵਾ ਚੱਲਦੀ ਹੈ ਲਹਿਰਾਂ ਚੱਲਦੀਆਂ ਨੇ ਸਮੁੰਦਰ ਦੇ ਵਿੱਚ ਰਾਂ ਵੀ ਚੱਲਦੀਆਂ ਨੇ ਛੱਪੜਾਂ 'ਚ ਬੂਰ ਕਿਉਂ ਪੈਦਾ ਹੁੰਦਾ ਹਾਂ ਪਾਣੀ ਖੜਾ ਹੁੰਦਾ ਉੱਤੋਂ ਸਵਾ ਕੇ ਡਿੱਗਦੀ ਹੈ ਪੱਤੇ ਸੁੱਤੇ ਡਿੱਗਦੇ ਨੇ ਆ ਮਾਇਆ ਡਿੱਗਦੀ ਹੈ ਆ ਕੇ ਨੋਟ ਡਿੱਗਦੇ ਨੇ ਗੁਰਦੁਆਰਿਆਂ 'ਚ ਸਮਝਿਆ ਨੀ ਇਹਦੇ ਨਾਲ ਬੂਰ ਪੈਦਾ ਹੁੰਦਾ ਇਹਦਾ ਸਮੈਲ ਬਦਲਦੀ ਹੈ ਵਿਕਾਰ ਕਰਦੇ ਨੇ ਗਿਆਨ ਖੜਾ ਗਿਆਨ ਖੜਾ ਹੈ ਉੱਤੋਂ ਮਾਇਆ ਡਿੱਗਦੀ ਹੈ ਪਾਣੀ ਖੜਾ ਪੱਤੇ ਡਿੱਗਦੇ ਨੇ ਮਿੱਟੀ ਘੱਟਾ ਪੈਂਦਾ ਬੂਰ ਪੈਦਾ ਹੋ ਜਾਂਦਾ ਹੁੰਦਾ ਫਿਰ ਰੋਜ਼ ਨਹੀਂ ਹੈ ਧੁੱਪ ਹੈ ਨਹੀਂ ਤੇਜ਼ ਉਦਾਂ ਵੀ ਸੜ ਜਾ ਬੂਰ
ਤੇ ਧੁੱਪ ਚ ਨਹੀਂ ਹੁੰਦਾ ਹੁੰਦਾ ਬੂਰ ਗਿਆਨ ਪ੍ਰਚੰਡ ਹੈ ਨਹੀਂ ਪ੍ਰਚੰਡ ਗਿਆਨ ਦੀ ਜਦ ਧੁੱਪ ਪੈਂਦੀ ਹੈ ਬੂਰ ਸੜ ਜਾਂਦਾ ਬੂਰ ਕਿਉਂ ਪੈਦਾ ਹੁੰਦਾ ਕਿਵੇਂ ਹਟਦਾ ਸਭ ਪਤਾ ਸਾਨੂੰ ਕਾਲ ਕਹਿੰਦੇ ਮੌਸਮ ਹੁੰਦਾ ਬੂਰ ਪੈਦਾ ਹੁੰਦਾ ਬਰਸਾਤ ਤੋਂ ਬਾਅਦ ਹੁੰਦਾ ਉਹ ਬਰਸਾਤ ਹੋ ਚੁੱਕੀ ਪਹਿਲੀ ਉਹ ਤੋਂ ਬਾਅਦ ਬੂਰ ਹੈ ਇਹ ਤਾਂ ਦੂਜੀ ਬਰਸਾਤ ਤੋਂ ਪਹਿਲਾਂ ਹਟ ਜਾਂਦਾ ਹੁੰਦਾ ਦੂਜੀ ਬਰਸਾਤ ਤੋਂ ਪਹਿਲਾਂ ਇਹਦੀ ਮੌਤ ਹੁੰਦੀ ਹੈ ਫਿਰ ਪਾਣੀ ਹੋ ਗਿਆ ਜਾਂਦਾ ਨਾ ਗਰਮੀ ਵੀ ਪੈਂਦੀ ਹੈ ਨਾ ਦੂਜੀ ਬਰਸਾਤ ਤੋਂ ਪਹਿਲਾਂ ਗਰਮੀ ਪੈਂਦੀ ਹੈ ਜਿਹੜੀ ਨਾ ਗਿਆਨ ਪ੍ਰਚੰਡ ਦੀ ਉਹ ਸਭ ਸੁਕਾ ਦਿੰਦੀ ਹੈ ਸਭ ਸੁਕਾ ਦਿੰਦੀ ਹੈ ਪਾਣੀ ਨਵਾਂ ਭਰ ਜਾਂਦਾ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋੜਿਆ ਜਾਗਤ ਸੋਇਆ ਜਾਗਦੇ ਹੀ ਸੁੱਤੇ ਪਏ ਨੇ ਸਾਰੇ ਜਨਮ ਗਵਾਇਆ ਆਪਣਾ ਗਵਾ ਲਿਆ ਸਿੱਖਾਂ ਦਾ ਗਵਾ ਰਹੇ ਨੇ ਮਾਲ ਧਨ ਜੋੜਿਆ ਪਿਆ ਪਰਾਇਆ ਆ ਮਾਲ ਧਨ ਜੋੜਿਆ ਪਿਆ ਪਰਾਇਆ ਬਾਕੀ ਅਹਿਮਦ ਸ਼ਾਹ ਦਾ ਅੱਗੇ ਉਹਨਾਂ ਨੇ ਜਿਹੜਾ ਮੰਦਰ ਸੀਗਾ ਸੋਮਨਾਥ ਦਾ ਕਿੰਨਾ ਮਾਲ ਧਨ ਜੋੜਿਆ ਸੀ ਕੌਣ ਲੈ ਗਿਆ ਮੁਹੰਮਦ ਸ਼ਾਹ ਗੋਰੀ ਲੈ ਗਿਆ ਪਿਆ ਨਾ ਪਰਾਇਆ ਅੱਗੇ ਫੌਜ ਇਹਨਾਂ ਦਾ ਕਿੰਨਾ ਕੁ ਲੈ ਗਈ ਲਾਇਬ੍ਰੇਰੀ ਲੱਭ ਲੈਣ ਇਹ ਇਹੋ ਜਿਹਾ ਕੁਛ ਹੋਊਗਾ ਇਹਨਾਂ ਚਿਰ ਰਹਿਣਗੇ ਇਹ ਸੰਸਾਰੀ ਚੀਜ਼ਾਂ ਦੇ ਮਾਲ ਧਨ ਜੋੜਦੇ ਨੇ ਜਿੱਥੇ ਸੰਸਾਰੀ ਸੁਵਿਧਾ ਹੋਊਗਾ ਉੱਥੇ ਇਹੋ ਜਿਹਾ ਕੁਛ ਹੁੰਦਾ ਹੀ ਰਹੂਗਾ ਜਿੱਥੇ ਸੰਸਾਰੀ ਮਾਲ ਧਨ ਦੀ ਗੱਲ ਹੋਊ ਉੱਥੇ ਇਹੋ ਜਿਹਾ ਕੁਛ ਹੁੰਦਾ ਹੀ ਰਹੂਗਾ ਪਿਆ ਪਰਾਇਆ ਜੇ ਕਬਲਾ ਨਾਮ ਨੂੰ ਕੋਈ ਪਰਾਇਆ ਕਹਿ ਦੇਵੇ ਨਾਮ ਨੂੰ ਕਿਤੇ ਕਿਹਾ ਪਰਾਇਆ ਜਿਹਦੇ ਕੋਲ ਨਾਮ ਉਹ ਤਾਂ ਕਹਿੰਦਾ ਦਸਕਰ ਨਹੀਂ ਲੈ ਮੈਂ ਇਹਨੇ ਚੋਰੀ ਵੀ ਨਹੀਂ ਕਰਾਇਆ ਕਰਿਆ ਜਾ ਸਕਦਾ ਇਹਦਾ ਧਰੇ ਸੰਸਾਰੀ ਤੁਹਾਨੂੰ ਧਰਮ ਲਿਆ ਉਹ ਤਾਂ ਪਰਾਇਆ ਹੋਣਾ ਹੀ ਹੁੰਦਾ ਉਹ ਤਾਂ ਪਰਾਇਆ ਹੋਣਾ ਹੀ ਹੋਣਾ ਕਹੋ ਕਬੀਰ ਤੇਈ ਨਰ ਭੁੱਲੇ ਖਸਮ ਬਿਸਾਰ ਮਾਟੀ ਸੰਗ ਰੁੜੇ ਕਹੋ ਕਬੀਰ ਤੇਈ ਨਰ ਭੁੱਲੇ ਭੁੱਲੇ ਕੌਣ ਨੇ ਖਸਮ ਬਿਸਾਰ ਮਾਟੀ ਸੰਗ ਰੁਲੇ ਸੱਚ ਨੂੰ ਬਿਸਾਰਤਾ ਜੁੜੇ ਕਹਿੰਦੇ ਨੇ ਮਿੱਟੀ ਨਾਲ ਮਿੱਟੀ ਸਰੀਰ ਮਿੱਟੀ ਹੁੰਦਾ ਬੰਦਾ ਬਹਾਦਰ ਕੌਣ ਸੀ ਮਿੱਟੀ ਆਤਮਾ ਕਰਕੇ ਵੀ ਮਿੱਟੀ ਸੀ ਉਹਦੀ ਤਾਂ ਆਤਮਾ ਵੀ ਮਿੱਟੀ ਸੀ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਇਕੱਲੇ ਦਾ ਨਾਂ ਚੱਲਦਾ ਨਾਲ ਚਾਰ ਕਿੱਥੇ ਗਏ ਉਹਦੇ ਦਸਮ ਪਾਤਸ਼ਾਹ ਦੇ ਬਾਅਦ ਇਕੱਲੇ ਦਾ ਨਾਂ ਨਹੀਂ ਆ ਸਕਦਾ ਬੰਦਾ ਹੀ ਖਾਲਸਾ ਉਹਦੇ ਨਾਲ ਕਿਵੇਂ ਲੱਗ ਗਿਆ ਉਹਦੇ ਨਾਂ ਦੇ ਨਾਲ ਰਾਮਲਾ ਗੁਰੂ ਬਣਿਆ ਹੋਇਆ ਉਹ ਬੰਦੇ ਬਹਾਦਰ ਦਾ ਨਾਂ ਇਕੱਲੇ ਦਾ ਕਿਵੇਂ ਆ ਗਿਆ ਇਕੱਲੇ ਦਾ ਨਾਂ ਕਿਸੇ ਦਾ ਆ ਹੀ ਨਹੀਂ ਸਕਦਾ ਜਾਂ ਪੰਜ ਪਿਆਰੇ ਬਣਾ ਦਿੱਤੇ ਇਕੱਲੇ ਦਾ ਨਾਂ ਕਿਵੇਂ ਆ ਗਿਆ ਇਹ ਤਾਂ ਜਾਣ ਬੁੱਝ ਕੇ ਅੰਨੇ ਹੋਏ ਹੋਏ ਨੇ ਅਸੀਂ ਅੰਨੇ ਇਹ ਤਾਂ ਅੰਨੇ ਨੇ ਸਾਰੇ ਵਿਦਵਾਨ ਆ ਰਹੇ ਬੰਦੇ ਬਹਾਦਰ ਦਾ ਇਕੱਲੇ ਦਾ ਨਾਂ ਜੇ ਆਉਂਦਾ ਤਾਂ ਸ਼ਰੀਕ ਹੈ ਦਸਮ ਪਾਤਸ਼ਾਹ ਦਾ ਪੈਦਾ ਕੀਤਾ ਇਹਨਾਂ ਨੇ ਇਹਨੂੰ ਕਹਿੰਦੇ ਨੇ ਸ਼ਰੀਕ ਪੈਦਾ ਕਰਨਾ ਇਹ ਉਹਨਾਂ ਨੂੰ ਨਿਧੀ ਦਾ ਸ਼ਰੀਕ ਜਿਹੜੇ ਦਸਮ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਮੰਨਦੇ ਨੇ ਅਸਲ ਦਾ ਸ਼ਰੀਕ ਆ ਹੈ ਉਹਦਾ ਜਿਹੜਾ ਕੁਛ ਕਰ ਰਹੇ ਨੇ ਇਹ ਦਸਮ ਪਾਤਸ਼ਾਹ ਦਾ ਸ਼ਰੀਕ ਹੈ ਇਹੋ ਜਿਹਾ ਇਤਿਹਾਸ ਹੈ ਬੰਦੇ ਬਹਾਦਰ ਉਸ ਵੇਲੇ ਦਾ ਜੀ ਜੋ ਦਸਮ ਪਾਤਸ਼ਾਹ ਦੀ ਹਦਕ ਹੁੰਦੀ ਹੈ ਹਦਕ ਉਹਨੇ ਜੀ ਡੇਰੀ ਚਲਾਤੀ ਤੀਰ ਚਲਾਇਆ ਫਲਾਨਾ ਚਲਾਤਾ ਤਾਂ ਕਿ ਲੋਕ ਪਬਲਿਕ ਦੇ ਵਿੱਚ ਇਹ ਪ੍ਰਚਾਰ ਹੋਵੇ ਵੀ ਦਸਮ ਪਾਤਸ਼ਾਹ ਦੇ ਇਹੋ ਜਿਹਾ ਕੁਛ ਨਹੀਂ ਹੋਇਆ ਚਮਕੌਰ ਸਾਹਿਬ ਦੀ ਲੜਾਈ ਜੋ ਉਹਨੇ ਕਰਤਾ ਇਹ ਜਿਹੀ ਕਦਾ ਕਹਾਣੀਆਂ ਜੋੜੀਆਂ ਇਹਦੇ ਨਾਲ ਜੋੜੀਆਂ ਸੀ ਰਣਜੀਤ ਸਿੰਘ ਲਓ ਜੀ ਅਟਕ ਦੇ ਵਿਚਾਲੇ ਖੜ ਜਾਂਦਾ ਦਰਿਆ ਇੱਧਰ ਹੋ ਗਿਆ ਇੱਧਰ ਕਿਹਨੇ ਜੋੜੀਆਂ